ਜੇਕਰ ਕੋਈ ਤੁਹਾਡੀ ਬਹੁਤ ਕੀਮਤੀ ਚੀਜ਼ ਗੁੰਮ ਹੋ ਜਾਵੇ, ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਣ, ਤਾਂ ਯਕੀਨਨ ਤੁਹਾਨੂੰ ਬਹੁਤ ਬੁਰਾ ਲੱਗੇਗਾ। ਅਤੇ ਉਸ ਤੋਂ ਵੀ ਬੁਰਾ ਇਹ ਹੋਵੇਗਾ ਕਿ ਜੇਕਰ ਉਸ ਚੀਜ਼ ਦੇ ਮਿਲਣ ਦੀ ਕੋਈ ਉਮੀਦ ਹੀ ਨਾ ਹੋਵੇ। ਅਜਿਹਾ ਹੀ ਔਕਲੈਂਡ ਦੀ ਐਲੀ ਲੇਸ ਦੇ ਨਾਲ ਹੋਇਆ, ਜਿਸ ਦਾ ਪੈਂਟੈਕਸ 35 mm ਪੁਆਇੰਟ ਐਂਡ ਸ਼ੂਟ ਕੈਮਰਾ ਗੁੰਮ ਹੋ ਗਿਆ, ਜੋ ਉਸਦੇ ਮਰਹੂਮ ਨਾਨਾ ਤੋਂ ਉਸਨੂੰ ਪ੍ਰਾਪਤ ਹੋਇਆ ਸੀ। ਉਸਨੇ ਦੱਸਿਆ ਕਿ ਨਾਨਾ ਉਸ ਕੈਮਰੇ ਨਾਲ ਉਸਦੀਆਂ ਸਾਰੀਆਂ ਬਚਪਨ ਦੀਆਂ ਯਾਦਾਂ ਕੈਦ ਕਰ ਲੈਂਦੇ ਸਨ, ਅਤੇ ਜਦੋਂ 12 ਸਾਲਾਂ ਦੀ ਸੀ ਤਾਂ ਉਹ ਸਮੋਆ ਗਈ, ਅਤੇ ਯਾਤਰਾ ਦੌਰਾਨ ਹੀ ਉਹਨਾਂ ਦੀ ਮੌਤ ਹੋ ਗਈ। ਉਸਨੇ ਦੱਸਿਆ ਕਿ ਮੇਰੀ ਮੰਮੀ ਨੂੰ ਆਪਣੀਆਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਇੱਕ ਕੈਮਰਾ ਮਿਲ ਗਿਆ। ਇਸ ਕੈਮਰੇ ਨਾਲ ਐਲੀ ਨੇ ਆਪਣੇ ਫੋਟੋਗ੍ਰਾਫੀ ਦੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉਸਦੇ ਇੱਕ ਸਾਥੀ ਨੇ 2019 ਵਿੱਚ ਇੱਕ ਰਾਤ ਲਈ ਇਹ ਕੈਮਰਾ ਉਧਾਰ ਲਿਆ, ਅਤੇ ਬਾਅਦ ਵਿੱਚ ਉਸਨੂੰ ਯਾਦ ਹੀ ਨਹੀਂ ਰਿਹਾ ਕਿ ਉਹ ਕੈਮਰਾ ਕਿੱਥੇ ਛੱਡ ਆਇਆ। ਐਲੀ, ਜੋ ਕਿ ਉਸ ਸਮੇਂ ਗਰਭਵਤੀ ਸੀ, ਭਾਵਨਾਤਮਕ ਕਲਾਤਮਕ ਵਸਤੂਆਂ ਨੂੰ ਗਾਉਣ ਨਾਲ ਪੂਰੀ ਤਰ੍ਹਾਂ ਨਾਲ ਟੁੱਟ ਗਈ। ਫਿਰ ਉਸਨੇ ਅਚਾਨਕ 4 ਸਾਲ ਬਾਅਦ ਉਹ ਕੈਮਰਾ ਇੱਕ ਪਾਰਟੀ ਦੇ ਵਿੱਚ ਦੇਖਿਆ, ਪਰ ਉਹ ਪੁੱਛ ਨਾ ਸਕੇ। ਪਰ ਉਹ ਇੱਕ ਵਾਰ ਫਿਰ ਤੋਂ ਬੇਚੈਨ ਹੋ ਗਈ, ਅਤੇ ਉਸਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਕੈਮਰੇ ਨਾਲ ਸੰਬੰਧਿਤ ਇੱਕ ਸਟੋਰੀ ਪੋਸਟ ਕੀਤੀ, ਜਿਹੜੀ ਬਹੁਤ ਲੋਕਾਂ ਨੇ ਦੇਖੀ, ਅਤੇ ਉਹਨਾਂ ਵਿੱਚੋਂ ਕਿਸੇ ਇੱਕ ਨੇ ਰਿਪਲਾਈ ਕਰ ਦਿੱਤਾ ਅਤੇ ਉਸ ਕੈਮਰੇ ਵਿੱਚ ਲੀਆਂ 1-2 ਫੋਟੋਆਂ ਵੀ ਭੇਜੀਆਂ। ਐਲੀ ਉਸ ਕੈਮਰੇ ਨੂੰ ਪਾਉਣ ਲਈ ਬਹੁਤ ਉਤਸੁਕ ਸੀ, ਕਿਉਂਕਿ ਉਸ ਨਾਲ ਉਸਦੀਆਂ ਬੇਸ਼ਕੀਮਤੀ ਯਾਦਾਂ ਜੁੜੀਆਂ ਹੋਈਆਂ ਸਨ। ਅੰਤ ਵਿੱਚ ਕਿਸੇ ਅਜਨਬੀ ਨੇ ਉਸਦਾ ਕੈਮਰਾ ਉਸਨੂੰ ਸੌਂਪ ਦਿੱਤਾ। ਐਲੀ, ਜੋ ਕਿ ਪੇਸ਼ੇ ਵਜੋਂ ਇੱਕ ਫੋਟੋਗ੍ਰਾਫਰ ਹੈ, ਉਸ ਕੋਲ ਬਹੁਤ ਸਾਰੇ ਕੈਮਰੇ ਹਨ, ਪਰ ਪੈਂਟੈਕਸ 35 mm ਪੁਆਇੰਟ ਐਂਡ ਸ਼ੂਟ ਕੈਮਰੇ ਵਰਗਾ ਹੋਰ ਕੋਈ ਵੀ ਨਹੀਂ ਸੀ। ਬਿਊਰੋ ਰਿਪੋਰਟ, ਐਨਜਟ, ਪੰਜਾਬੀ ਨਿਊਜ਼।